ਅਤੇ ਕੁਛ ਕੁ ਇੱਦਾਂ ਦੇ ਵੀ ਲਿਟੀਗੈਂਟਸ ਹੁੰਦੇ ਆ ਜਿਹੜੇ ਲੈਂਗਰ ਉਹ ਨਹੀਂ ਕਰਨਾ ਚਾਹੁੰਦੇ ਆ। ਸੋ ਮੇਰੇ ਹਿਸਾਬ ਨਾਲ ਕੁੱਲ ਮਿਲਾ ਕੇ ਜਿਹੜੀ ਲੋਕ ਅਦਾਲਤ ਆ ਇਹਦੇ ਨਾਲ ਗਰੀਬ ਲੋਕਾਂ ਨੂੰ ਫਾਇਦਾ ਵੀ ਹੋਊਗਾ ਔਰ ਜੋ ਉਹਨਾਂ ਨੂੰ ਇਨਸਾਫ ਆ ਜਲਦੀ ਵੀ ਮਿਲੂਗਾ। ਦੂਜੀ ਪਾਰਟੀ ਨਹੀਂ ਆਉਂਦੀ ਹੈਗੀ ਤੁਹਾਡੇ ਪਲਾਨ ਦੇ ਉੱਤੇ? ਫਿਰ ਨੈਕਸਟ ਈਅਰ ਪਲਾਨ ਦੇ ਉੱਪਰ ਸਮਝਾ ਰਹੇ ਹੋ ਤੁਸੀਂ ਵੀ ਬਾਹਰ ਇਨਵੇਡ ਲਓ? ਦੇਖੋ ਜੀ, ਕੋਸ਼ਿਸ਼ ਕਰ ਰਹੇ ਹਾਂ, ਅਗਰ ਕੋਈ ਸਮਝ ਗਿਆ ਤਾਂ ਠੀਕ ਹੈ ਜੀ, ਨਹੀਂ ਤਾਂ ਫਿਰ ਕੋਰਟਾਂ ਦੇ ਵਿੱਚ ਤਾਂ ਧੱਕਾ ਹੀ ਹੈ ਜੀ। ਜਿਹੜੇ ਫਾਈਨੈਂਸਰ ਹੈਗੇ ਆ ਜਾਂ ਫਾਈਨੈਂਸਰ ਦੇ ਨਾਲ ਨਾਲ ਕੋਈ ਕਮੇਟੀਆਂ ਪਾਉਂਦੇ ਆ, ਉਹ ਲੋਕ ਇਸ ਚੀਜ਼ ਨੂੰ ਦੁਰਉਪਯੋਗ 'ਚ ਲਿਆ ਕੇ ਪੈਸੇ ਇੱਕ ਤਰੀਕੇ ਨਾਲ ਹਠਿਆਉਂਦੇ ਹੈਗੇ ਆ। ਆਜ਼ਾਦੀ ਕੇ 50 ਸਾਲ ਬਾਅਦ ਹਮਾਰੇ ਇੰਟਲੈਕਚੁਅਲ ਲੋਕੋਂ ਕੋ, ਹਮਾਰੇ ਬੁੱਧੀਜੀਵੀ ਲੋਕੋਂ ਕੋ, ਹਮਾਰੀ ਜੁਡੀਸ਼ਰੀ ਕੋ ਪਤਾ ਚਲਾ ਕਿ ਹਮਾਰੇ ਸਮਾਜ ਮੇਂ ਐਸੇ ਲੋਕ ਵੀ ਰਹਿਤੇ ਹੈ ਜਿਨਕੇ ਪਾਸ ਕੋਰਟ ਮੇਂ ਕੇਸ ਲੜਨੇ ਕੇ ਲੀਏ ਪੈਸੇ ਨਹੀਂ ਹੋਤੇ, ਵਕੀਲ ਕਰਨੇ ਕੇ ਲੀਏ ਪੈਸੇ ਨਹੀਂ ਹੋਤੇ। 1987 ਮੇਂ ਇੱਕ ਕਾਨੂੰਨ ਪਾਸ ਕੀਆ ਗਿਆ ਕਿ ਜੋ ਲੋਕ ਜ਼ਰੂਰਤਮੰਦ ਹੈ ਉਨਕੋ ਵੀ ਸਹਿਯੋਗ ਲੀਗਲ ਅਥੋਰਟੀ ਕੀ ਤਰਫ ਸੇ ਦਿਆ ਜਾਏਗਾ। ਤੋ ਇਸਕੀ ਸਥਾਪਨਾ ਕੀ ਗਈ 1995 ਮੇਂ ਜੇ ਲਾਗੂ ਹੁਆ ਔਰ ਉਸਕੇ ਬਾਅਦ 2009 ਮੇਂ ਫਿਰ ਹਮਾਰੀ ਜੁਡੀਸ਼ਰੀ ਜਾਗੀ, ਹਮਾਰੇ ਬੁੱਧੀਜੀਵੀ ਜਾਗੇ। ਸੋਚਾ ਯਾਰ ਕੋਰਟੋਂ ਮੇਂ ਕੇਸ ਬੜਤੇ ਜਾ ਰਹੇ ਹੈ, ਕਿਆ ਕਰੇ, ਕਰਨਾ ਕਿਆ ਥਾ। ਫਿਰ ਦਿਮਾਗ ਮੇਂ ਆਇਆ ਕਿ ਲੋਕ ਅਦਾਲਤੋਂ ਕਾ ਆਯੋਜਨ ਕੀਆ ਜਾਣੇ ਲਗਾ ਔਰ ਆਜ ਐਸੇ ਹੀ ਲੋਕ ਅਦਾਲਤ ਮੇਂ ਹਮ ਸ਼ਨੀਵਾਰ ਕਾ ਦਿਨ ਹੈ ਪਹੁੰਚੇ ਹੈ। ਔਰ ਦੇਖੀਏ, ਹਮ ਆਪਕੋ ਇੱਕ ਬੋਰਡ ਦਿਖਾਤੇ ਹੈ ਲੋਕ ਅਦਾਲਤੋਂ ਕੇ ਬਾਰੇ, ਜੇ ਦੇਖੀਏ ਨੈਸ਼ਨਲ ਲੋਕ ਅਦਾਲਤ A2 2020 ਜਿਸ ਮੇਂ ਰਾਜੀਨਾਮਾ ਹੋਣ ਯੋਗ ਫੌਜਦਾਰੀ ਕੇਸ 138 ਜੋ ਚੈੱਕ ਬਾਊਂਸ ਵਗੈਰਾ ਕੇ ਹੋਤੇ ਹੈ, ਮੋਟਰ ਐਕਸੀਡੈਂਟ ਹੋ ਗਏ, ਵਿਵਾਹਿਕ ਹੋ ਗਏ, ਜੋ ਕਾਰੋਬਾਰ ਕਰਤੇ ਹੈ ਉਨਕੇ ਝਗੜੇ ਜੋ ਲੇਬਰ ਵਗੈਰਾ ਵਾਲੇ ਹੋਤੇ ਹੈ, ਜ਼ਮੀਨ ਹਾਸਲ ਕਰਨ ਦੇ ਕੇਸ, ਸਿਵਲ ਝਗੜੇ, ਲੜਾਈ ਝਗੜੇ, ਖਾਮ ਖਾਹ ਦੇ ਪੰਗੇ, ਪੰਗਾ ਨਹੀਂ ਉਹ ਹੁੰਦਾ ਚੰਗਾ, ਉਹ ਬਿਜਲੀ ਅਤੇ ਪਾਣੀ ਦੇ ਝਗੜੇ, ਜੰਗਲਾਤ ਮਹਿਕਮੇ ਦੇ, ਜਾਣੀ ਜਿੰਨੇ ਵੀ ਛੋਟੇ ਮੋਟੇ ਕੇਸ ਆ ਜਿਹੜੇ ਦੋ ਬੰਦੇ ਬੈਠ ਕੇ ਸੁਲਝਾ ਸਕਦੇ ਨੇ, ਜਿਹੜੇ ਪਹਿਲੇ ਪੰਚਾਇਤਾਂ ਦੇ ਵਿੱਚ ਲੋਕ ਆਪਣੇ ਲੋਕ ਅਦਾਲਤ ਲਾ ਕੇ ਸੁਲਝਾ ਲੈਂਦੇ ਸੀ, ਪਰ ਅੱਜ ਕੱਲ੍ਹ ਲੋਕਾਂ ਦਾ ਗੁੱਸਾ ਵੱਧ ਗਿਆ ਹੈ। ਉਹ ਗੁੱਸਾ ਵਧਣ ਕਰਕੇ ਕਹਿੰਦਾ ਚੱਲ ਤੈਨੂੰ ਮੈਂ ਧੱਕੇ ਖਵਾਵਾਂਗਾ ਕੋਰਟ ਦੇ ਵਿੱਚ, ਔਰ ਧੱਕੇ ਖਾਣ ਦੇ ਲਈ ਇੱਕ ਦੂਜੇ ਦੇ ਉੱਤੇ ਕੇਸ ਲੋਕ ਇੱਥੇ ਕਰਦੇ ਨੇ। ਪਰ ਸਰਕਾਰ ਚਾਹੁੰਦੀ ਹੈ ਕਿ ਝਗੜੇ ਨਾ ਹੋਣ, ਲੋਕ ਮੰਨਦੇ ਨਹੀਂ, ਪਰ ਅੱਜ ਲੋਕ ਅਦਾਲਤ 'ਚ ਅਸੀਂ ਆਏ ਹਾਂ ਅਤੇ ਵੇਖਦੇ ਹਾਂ ਕੀ ਹੁੰਦਾ ਪਿਆ। ਝਗੜੇ ਮੁਕਾਓ, ਪਿਆਰ ਵਧਾਓ, ਇੱਕ ਵਾਰ ਹੋਰ ਲਗਾ ਇੱਥੇ, ਝਗੜੇ ਮੁਕਾਓ, ਪਿਆਰ ਵਧਾਓ, ਲੋਕ ਅਦਾਲਤਾਂ ਰਾਹੀਂ ਸਸਤਾ ਅਤੇ ਛੇਤੀ ਇਨਸਾਫ ਪਾਓ। ਜ਼ਿਲ੍ਹਾ ਕਾਨੂੰਨ ਸੇਵਾਵਾਂ ਅਥੋਰਟੀ ਲੁਧਿਆਣਾ, ਇਹ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ, ਸੈਂਟਰ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਹੈ। ਅਸੀਂ ਵੇਖਦੇ ਹਾਂ ਕਿੱਥੇ ਕਿੱਥੇ ਲੋਕ ਅਦਾਲਤਾਂ ਲੱਗੀਆਂ ਹੋਈਆਂ ਨੇ ਅੱਜ। ਜੇ ਲੋਕ ਅਦਾਲਤ ਮੇਂ ਨਗਰ ਨਿਗਮ ਕੇ ਕੇਸ ਹੋਤੇ ਨਾ ਛੋਟੇ ਛੋਟੇ, ਕਿਸੇ ਨੇ ਸੜਕ ਪਰ ਰੇੜੀ ਲਗਾ ਰੱਖੀ ਹੈ ਉਸਕਾ ਚਲਾਨ ਹੋ ਗਿਆ, ਕਿਸੇ ਨੇ ਸੜਕ ਪਰ ਐਡਵਰਟਾਈਜਮੈਂਟ ਕੀਆ ਇਲੀਗਲ ਉਸਕਾ ਚਲਾਨ ਹੋ ਗਿਆ, ਜੇ ਸਭ ਚਲਾਨ ਭੁਗਤਣੇ ਕੇ ਲਈ ਐਸੇ ਜਹਾਂ ਪੇ ਆਏ ਹੋਏ ਹੈਂ। ਤੁਸੀਂ ਕਿਹੜੇ ਚਲਾਨ ਭੁਗਤਣ ਲਈ ਆਏ ਜੀ? ਤੈਬਜਾਰੀ ਵਾਲਾ, ਬਈ ਮੈਨੇ ਬਤਾ ਇਨਕਰੋਚਮੈਂਟ ਵਾਲੇ, ਜੇ ਸਭ ਨਗਰ ਨਿਗਮ ਦੇਖੀ ਜਹਾਂ ਸੇ ਗੁਜ਼ਰਤੇ ਧੀਰੇ ਧੀਰੇ, ਜੈਸਾ ਵੀ ਲੋਕ ਅੱਜ ਕੱਲ੍ਹ ਬਹੁਤ ਸਖਤੀ ਕੀ ਹੈ ਨਗਰ ਨਿਗਮ ਨੇ, ਪੁਲਿਸ ਨੇ, ਜੋ ਸੜਕੋਂ ਪਰ ਰੇੜੀ ਵਗੈਰਾ ਲਗਾਤੇ ਹੈ, ਇਨਕਰੋਚਮੈਂਟ ਕਰਤੇ ਹੈ, ਜੋ ਇਲੀਗਲ ਐਡਵਰਟਾਈਜਮੈਂਟ ਕਰਤੇ ਹੈ, ਜੇ ਸਭੀ ਲੋਕ ਵਹੀ ਚਲਾਨ ਭੁਗਤਣੇ ਕੇ ਲਈ ਜਹਾਂ ਪਰ ਆਏ ਹੈ, ਜੇ ਚਲਾਨ ਭੁਗਤਣੇ ਕੇ ਲਈ ਜੁਰਮਾਨਾ ਦੇਣੇ ਕੇ ਲਈ ਆਏ ਹੈ, ਅੱਜ ਲਾਈਨ ਮੇਂ ਲਗੇ ਜੀ, ਸਭੀ ਲੋਕ ਰੇੜੀ ਵਾਲੇ ਹੈ, ਜੇ ਫੜੀ ਵਾਲੇ ਹੈ, ਕਿਹੜਾ ਚਲਾਨ ਹੈ ਤੁਹਾਡਾ ਜੀ? ਹਾਂਜੀ, ਕਿਹੜਾ ਚਲਾਨ ਹੈ ਜੀ? ਯੂਟਰਨ ਦਾ। ਯੂਟਰਨ ਦਾ ਤੁਹਾਡਾ? ਐਕਟਿਵਾ ਦਾ ਜੀ। ਐਕਟਿਵਾ ਦਾ ਉਹ ਚਲਾਨ ਜਿੰਨੇ ਵੀ ਟ੍ਰੈਫਿਕ ਚਲਾਨ ਹੋ ਗਏ, ਜਿੰਨੇ ਵੀ ਚਲਾਨ ਜਹਾਂ ਪਰ ਜਾਏ। ਤੇਰਾ ਕਿਹੜਾ ਚਲਾਨ ਹੈ? ਬਾਈਕ ਦਾ। ਬਾਈਕ ਦਾ ਕੀ ਕਰਦਾ ਸੀ ਉਸਲੇ, ਕੀ ਕੀਤਾ? ਮੈਂ ਕੁਛ ਨਹੀਂ ਕੀਤਾ, ਮੈਂ ਦੁਕਾਨ 'ਤੇ ਸੀਗਾ, ਮੁੰਡਾ ਲੈ ਕੇ ਗਿਆ ਸੀ ਬਾਈਕ, ਉਹ ਹੈਲਮੈਟ ਬਿਨਾਂ ਲੈ ਕੇ ਗਿਆ ਸੀ। ਤੇਰਾ ਕਿਹੜਾ ਚਲਾਨ ਹੈ? ਹਾਂ, ਡਿਸਟ੍ਰਿਕਟ ਲੀਗਲ ਸਰਵਿਸ ਅਥੋਰਟੀ ਲੁਧਿਆਣਾ, ਇਨ੍ਹੀਂ ਕੇ ਅੰਤਰਗਤ ਆਤਾ ਹੈ, ਜੇ ਜੋ ਵੀ ਲੋਕ ਅਦਾਲਤ ਲਗਤੀ ਹੈ, ਅਭੀ ਲੋਕ ਅਦਾਲਤੋਂ ਕੇ ਇਧਰ ਵੀ ਜੇ ਬੋਰਡ ਲਗਾ ਹੈ, ਕਨੈਕਟਿੰਗ ਟੂ ਸਰਵ, ਸਮਾਜ ਕੀ ਸੇਵਾ ਕੇ ਲੀਏ
लोगों की सेवा के लिए ही जुडिशरी बनी है, सरकार बनी है कि अपने जो नागरिक हैं उनको सही ढंग से सही न्याय मिले, लोगों की सुरक्षा हो, लोगों से न्याय ना हो, किसी से चीटिंग ना हो, उसी के लिए अदालतें, पुलिस और सरकार काम करती है। और धीरे धीरे हमारे देश में देखिए, हम दूसरे कंट्री से, यूरोप कंट्री से 200 साल पीछे हैं, बहुत पीछे हैं उनसे हम। जो वो कर चुके हैं अभी तक हम वो कर नहीं पाए, क्योंकि हमारे जो देश में ज़्यादातर लोग, हर इंसान अपने आप को कहता है मैं सबसे ज़्यादा अक्लमंद हूँ, हर कोई मैं करता है, और जब कोई काम करने का वक्त आता है तो फिर वो कहता है मैंने क्या लेने के चक्कर में आज ये देश 100 साल, 150 साल, 200 साल पीछे है लोगों से। सर देखो, बेनीफिट है इदा, कुछ लिटिगेंट होंगे जेडे कि झगड़िया बाकी नबेड़ना चाहते हैं, तो कुछ इदा के भी लिटिगेंट्स होंगे जेडे लेंगर ऑन ही करना चाहते हैं। सो मेरे हिसाब न कुल मिला के जी लोक अदालत ये गरीब लोगों को फायदा भी होगा और जो उन्होंने इंसाफ आ जल्दी भी मिलेगा। मेरे अपने तजर्बे मुताबिक बहुत बेनीफिशरी रहेगी, लिटिगेंट आ जोड़े उन्होंने भी फायदा होगा, उन्होंने फीसा का भी बचा होगा, तो उन्होंने कीमती टाइम आ वो भी बचा होगा। कई उद्दी छोटे छोटे पंगे होंगे कि किसी चेक बाउंस होगा, पैसे नहीं दिए जाने कि हों बंद धक्का जैनून नहीं है वा, और बंद कहता मैं लिंगर जिदा तुम्हें क्या भी लिंगर होने तेन सबक सिखाना, कहता जल तेन मैं सबक सिखाना कचहरी के जाने के नत्थ पाने के लिए उन्होंने रोकन के लिए होर की उपराला करना चाहिए है अपन। सर उपराला इदा का जोड़ा साढ़े 138 आ कानून आदा दुरउपयोग हो रहा, यदा कोई ज़्यादा फर्क लोक अदालतें नहीं पेगा, क्योंकि तुम देखोगे जिन्हें भी चैक लगते वो गरीब लोगों के लगते हैं, अमीर लोग तो किसी के नहीं रहे। मैं 10 साल हो गए इस कचहरी प्रैक्टिस करते, मैं जिन्हें केसिज देखे सारे के सारे झूठे केस होंगे, तो जजेस भी उत्ते सॉरी टू से प्रॉपर तरीके कानून उन्होंने हाथ बन दते हैं, जिदे कि जो अक्यूज बनाए होंगे जाली उन्होंने बड़ी परेशानी आँदी है। ये जरा सर धक्का है 138 के केस में, लिंगर ऑन करते रहते बंदा तो उन्हें तड़फता रहा दूजा बंदा। सर तड़फता नहीं रहा, ये एक पैसे हथियाने का वैपन हैगा जिन्हों कह सकते हो, 138 दे विच वैपन यूज़ करते हैं जेडे फाइनेंसर है फाइनेंसर के नाल नाल कोई कमेटियां पाते हैं, उस लोग इस चीज़ में दुरउपयोग च लिया के पैसे एक तरीके ना हथियाते हैं। साढ़े कोल केस भी चलता है, एक गुरद्वारा साहब का प्रधान आ, उन्हों का लैन देन कोई होर सी, उन्होंने 2 लाख का चैक भरता जिदे कि वह बंदा परेशान आ, उहदियां रिवीजनां भी ला रहे हैं, सानू प्रूव करना मुश्किल होया पाया भी ये लैन देन कहता, जिस जज साहब भी साडा कोई प्रॉपर सुनवाई नहीं कर रहे हैं उस केस में भी, यानी झूठ का सारा चलता, यानी कि बंदे यानी कि बेवकूफ बनाने का ढंग है भी 138 यानी चैक बाउंस करा दे, कल कोई होर होंदी है किसी पासे होर ला देंदे आ। मैं तुहानू दस्सदा जदों मैं वकालत शुरू की सी उस टाइम मेरे नाना जी ने एक गल कही सी, कहिंदे जिहड़ा पंचायत झूठ बोले वह हरामजादा, तो जिहड़ा कचहरी सच बोले वह हरामजादा। कचहरियां का हाल बिल्कुल उही है, इतने सच का कोई है नहीं, थोनू इंसान मिल जू। मैं झूठ ही चलो, झूठ बोलो तो जितो, हाँ झूठ बोलो रज के झूठ बोलो, उही गल आ, बिल्कुल सच्ची गल है जी, सच का कोई इतने साथ नहीं है। तुसी अपना चैक जाने की तुसी लिता सी या दिता सी? नहीं, असी इलाहाबाद बैंक तो आए हैं, साढ़े लोन के केसिज है जिन्होंने अपना सैटल करने नहीं आना, लोगों ने पब्लिक नहीं आना, कलाइंट हाँ। दलजीत कौर PCS, जहाँ पर भी लोगों के लोक अदालत राही एमिकेबली यानी के दोनों के सहमति से जो समझौते हैं ना उनके लिए यहाँ पर लोग आए हुए हैं। हाँ जी, क्या बात हुई थी? कुछ नहीं, कोई लेना देना नहीं, झूठ केस लगाया। किसने लगाया ये अपना? देशराज। किस चीज़ के लिए लगाया, काहे का लगाया? कमेटी डालती रही। अच्छा। तो वो कहता मैं 4 लाख रुपया दिया, बाकी हमने लिया है नहीं, कमेटी डालती रही। अच्छा, कमेटी का चक्कर है? हाँ, कमेटियाँ तो सारा फाइनल हो चुका, कोई लेना देना नहीं। तो आज किस लिए बुलाया है? आज पता नहीं, पैसे सीगी थोड़ा कोई चक्कर है? हाँ जी। के पैसे दे लेन देन साडा बैंक वाला दे गेल ना बैंक का लेंदा लोकला तो के ही हीगा राजीनामे दा ही कादा सीगा ਉਹ ਤਾਂ ਮਾੜਾ ਨਹੀਂ ਪਤਾ ਢਾਇਆ ਗਿਆ ਸੀਗਾ, ਉਹਦੇ ਕਰਕੇ ਪੰਚਾਇਤ ਦੇ ਵਿੱਚ ਥਾਣੇ ਦੇ ਵਿੱਚ ਤਾਂ ਰਾਜੀਨਾਮਾ ਕਰ ਗਏ ਸੀਗੇ, ਅਤੇ ਉਦੋਂ ਬਾਅਦ ਇੱਥੇ ਉਹ ਫਾਇਲ ਉੱਥੋਂ ਕਦੇ ਬੰਦ ਨਹੀਂ ਹੋਈ, ਉਹ ਬੰਦ ਹੀ ਕਰਵਾਉਣੀ। ਇੱਥੇ ਵੀ ਬਹਿਸ ਕਰਦੇ ਆ ਜਾਂ ਆਰਾਮ ਦੇ ਨਾਲ ਕੰਮ ਹੋ ਜਾਂਦਾ? ਹੋ ਰਹੀ ਹੈ ਜੀ, ਬਾਰਗੇਨਿੰਗ ਹੁੰਦੀ ਹੈ ਜਿਹੜੀ ਲੋਕ ਅਦਾਲਤ ਹੈ,
ਤੇਲ ਆ ਜਿੰਨੇ ਹੋਇਆ ਡਿਫਰੈਂਸ ਹੁੰਦਾ ਕੋਈ ਜਾਂ ਸਭ ਕਰ ਦਿੰਦੇ ਆ ਕੋਈ ਛੱਡਦੀ ਆ ਵਿਆਹ ਛਡਵਾਉਂਦੇ ਆ ਐਮੀਕੇਬਲੀ ਹੋ ਜਾਂਦਾ ਦੂਜੀ ਪਾਰਟੀ ਨਹੀਂ ਆਉਂਦੀ ਹੈਗੀ ਤੁਹਾਡੇ ਪਲਾਨ ਦੇ ਉੱਤੇ ਫਿਰ ਨੈਕਸਟ ਡੇਟ ਪਾ ਦਿੰਦੇ ਉੱਪਰ ਜਿਹੜੀ ਪ੍ਰੋਪਰ ਕੋਰਟ ਦੇ ਕੇਸ ਜਾ ਵੜਦੇ ਜੇ ਚਲੇ ਜਾਂਦੇ ਨੇ ਕਿੰਨੇ ਕੁ ਟਾਈਮ ਦਿੰਦੇ ਲੋਕ ਅਦਾਲਤ ਦੇ ਵਿੱਚ ਜਾਣੀ ਕਿ ਇੱਕ ਬੰਦਾ ਸਫਰਰ ਹੈ ਜਿਹਨੇ ਚੈੱਕ ਜਿਹਨੇ ਪੈਸੇ ਜਾਣੀ ਕਿ ਦਿੱਤੇ ਹੋਏ ਸੀ ਮਾਲ ਦਿੱਤਾ ਸੀਗਾ ਅਤੇ ਉਹਨੂੰ ਚੈੱਕ ਦੇ ਦਿੱਤਾ ਚੈੱਕ ਬਾਊਂਸ ਹੋ ਗਿਆ ਉਹਨੂੰ ਪੈਸੇ ਤਾਂ ਮਿਲੇ ਨਹੀਂ ਹੈਗੇ ਉਹ ਬੰਦਾ ਫੇਰ ਲਟਕਾਈ ਜਾਂਦਾ ਇਹਦੇ ਬਾਰੇ ਫਿਰ ਕੀ ਹੁੰਦਾ ਫਿਰ ਲੋਕ ਦਾ ਫਿਰ ਸਜ਼ਾ ਤਾਂ ਪੱਕੀ ਹੈ ਜੀ ਫਿਰ ਜੇ ਪਰੂਸ ਕੇਸ ਸਾਬਤ ਕਰ ਦਿੰਦਾ ਸਜ਼ਾ ਪੱਕੀ ਹੈ ਜੀ ਫਿਰ ਤਾਂ ਬੰਦਾ ਡਰ ਕੇ ਦੇ ਦਿੰਦਾ ਹਾਂ ਜੈਨੂਨ ਬੰਦਾ ਦੇ ਦਿੰਦਾ ਪੈਸੇ ਲੋਕ ਅਵਾਇਡ ਕਰਦੇ ਆ ਕੋਰਟ ਕੇਸਾਂ ਤੋਂ ਵਧੀਆ ਗੱਲ ਲੋਕ ਦਾ ਚੱਕੀਆਂ ਤਾਂ ਪ੍ਰੋਫੈਸਰ ਨਹੀਂ ਹੁੰਦਾ ਵੀ ਚੱਲ ਜਿੱਥੇ ਤੱਕੇ 20 ਕੇਸ ਪਹਿਲੇ ਚੱਲਦੇ 25ਵੇਂ ਚੱਲ ਪਊਗਾ ਦੋਨੋਂ ਪਾਰਟੀ ਖਰਾਬ ਹੁੰਦੀਆਂ ਜੀ ਫਿਰ ਜੇਲ੍ਹ ਤਾਂ ਹੈਗੀ ਹੈ ਫਿਰਨ ਵਾਸਤੇ ਜੇ ਸਜ਼ਾ ਹੋਊਗੀ ਪੈਸੇ ਨਹੀਂ ਦੇਣਗੇ ਜੇਲ੍ਹ ਚੱਲ ਜਿਹੜੇ ਜਾਣ ਬੁੱਝ ਕੇ ਕਰਦੇ ਹੈਗੇ ਆ ਹਾਂਜੀ ਕਿਸੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਬੰਦੇ ਦਾ ਹੋਵੇ ਤਾਂ ਕੰਮ ਹੈਗਾ ਹਾਂਜੀ 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 20 ਕੇਸ ਚੱਲਦੇ ਪਏ ਕੋਰਟ ਦੇ ਵਿੱਚ ਕੋਈ ਕੋਰਟ ਲੈ ਲੈਂਦੀ ਅਸੀਂ ਕੰਸਿਡਰ ਕਰਦੇ ਆ ਵੀ ਨੰਬਰ ਆਫ ਕੇਸਾਂ ਜਾਂ ਇਹ ਹਾਂ ਹੈਗਾ ਜੀ ਹੈਗਾ ਕੋਰਟਾਂ ਕਹਿੰਦੀ ਇਹਦਾ ਹੈਪਚੂਰੀ ਕੰਮ ਇਹਦਾ ਪੈਸੇ ਦੇ ਕੇ ਪਰਪਸ ਕੋਈ ਹੋਰ ਹੁੰਦਾ ਪਰਪਸ ਕੋਈ ਹੋਰ ਹੁੰਦਾ ਹੈ ਚੈੱਕ ਫਾਇਦੇ ਆਪ ਹੀ ਕਰਕੇ ਭਰ ਕੇ ਦੇ ਦਿੰਦੇ ਆ ਕੋਰਟ ਕੰਸਿਡਰ ਕਰਦੇ ਨੇ ਉਹ ਹਾਂ ਡਿਸਮਿਸ ਹੁੰਦੇ ਦਾ ਫਿਰ ਜੇ ਪ੍ਰੋਪਰ ਇੱਕ ਤਾਂ ਠੀਕ ਹੈ ਜੇ ਉਹਦੇ ਕਈ ਕੇਸ ਹੋਣ ਉਹਦਾ ਹੈਬਿਟ ਹੀ ਹੋਵੇ ਲੋਨ ਦੇ ਕੇ ਮੁੜ ਕੇ ਸਾਈਨ ਕਰਵਾ ਲਏ ਕੇਸ ਲਾ ਤੇ ਜੱਜ ਦੇਖਦੇ ਆ ਜੀ ਉਹ ਕੈਸ ਲੈ ਲਏ ਬਾਅਦ ਚੈੱਕ ਵੀ ਲਾ ਇਹੀ ਹੁੰਦਾ ਹਾਂ ਕੋਰਟ ਫੜ ਲੈਂਦੀ ਜੀ ਚੇਰਾ ਫਿਰ ਜਿਹੜੀ ਹੈਗੀ ਕੋਰਟ ਫੜਦੀ ਹੈ ਤੁਹਾਡਾ ਕਿਹੜਾ ਕੇਸ ਅੱਜ ਘਾਟਾ ਬੜਾ ਪਿਆ ਜੀ ਤੇ ਕੋਈ 42-43 ਹਜ਼ਾਰ ਰੁਪਇਆ ਲੱਖ ਦਿੱਤਾ ਜੀ ਫਿਰ ਨਹੀਂ ਜਾਨ ਛੱਡਦੇ ਫਿਰ 10 ਲੱਖ ਰੁਪਇਆ ਲੈ ਕੇ ਫਿਰ ਇਹਨਾਂ ਨੇ ਮੇਰੇ ਤੇ ਕੇਸ ਲਾਤਾ ਜੀ ਕਹਿੰਦੇ ਵਾਪਸ ਲੈ ਲਾਂਗੇ ਤੇ ਹੁਣ ਤੰਗ ਬੜੀ ਕਰੀ ਜਾ ਰਿਹਾ ਜੀ ਜਿਹੜੇ ਥੋੜੇ ਬਹੁਤੇ ਬਣਦੇ ਆ ਜੀ ਜਿਹੜੇ ਲੈ ਉਹ ਦੇਣ ਨੂੰ ਕਿਸ਼ਤਾਂ ਦੇ ਨਾਲ ਦੇ ਦਾਂਗੇ ਜੀ ਤੁਹਾਡਾ ਕਿਹੜਾ ਸੀ ਤੁਸੀਂ ਅੰਦਰ ਬੈਠੇ ਸੀ ਅਜੇ ਕੇਸ ਸੀਗਾ ਪੈਸੇ ਲੈਣੇ ਕਿਸੇ ਤੋਂ ਅੱਛਾ ਅੱਛਾ ਕੀ ਗੱਲ ਬੰਦਾ ਦੇ ਨਹੀਂ ਆ ਰਿਹਾ ਨਹੀਂ ਦਿੰਦਾ ਨਹੀਂ ਜੀ ਕੇਸ ਕਿੱਥੋਂ ਆਇਆ 4 ਸਾਲ ਹੋ ਗਏ 4 ਸਾਲ ਹੋ ਗਏ ਤੱਕ ਮਿਲੇ ਨਹੀਂ ਹੈਗੇ ਅਤੇ ਅੱਜ ਵੀ ਨਹੀਂ ਆਇਆ ਉਹ ਨਹੀਂ ਉਹ ਨਹੀਂ ਆਇਆ ਅਸੀਂ ਆਏ ਹੋਏ ਹਾਂ ਜੀ ਜੱਜ ਸਾਹਿਬ ਨੇ ਕਿਹਾ ਵੀ ਉਹ ਕਿਉਂ ਨਹੀਂ ਆਇਆ ਜਦੋਂ ਲੋਕ ਅਦਾਲਤ ਰਖਾਇਆ ਸੀ ਹੁਣ ਉਹਨੂੰ ਕਿਹਾ ਵੀ 2 ਵਜੇ ਬਲਾ ਵਕੀਲ ਨੂੰ ਕਿਹਾ ਹੁਣ ਪਤਾ ਆਉਂਦਾ ਨਹੀਂ ਆਉਂਦਾ ਜੀ ਠੀਕ ਹੈ ਕਿੰਨੇ ਪੈਸੇ ਸੀ 15 ਲੱਖ ਰੁਪਇਆ ਪ੍ਰਿੰਸੀਪਲ ਆ 10 ਲੱਖ ਵਿਆਜ ਆ ਜੀ 25 ਲੱਖ ਰੁਪਇਆ ਹੋ ਗਿਆ ਬੰਦਾ ਲੁਧਿਆਣੇ ਦਾ ਹੀ ਆ ਨਹੀਂ ਭੱਜੇ ਹੋਏ ਆ ਲੁਧਿਆਣਾ ਜੀ ਪੜ੍ਹ ਕੇ ਲਿਆਉਂਦਾ ਇਹ ਮੈਟਰ ਸੋਰਟ ਆਊਟ ਹੋਣ ਵਾਲੇ ਨੇ ਜਿਹੜੀਆਂ ਪਾਰਟੀਜ਼ ਪ੍ਰੀ ਲਿਟੀਗੇਟਿਵ ਅਤੇ ਲਿਟੀਗੇਟਿਵ ਕੋਈ ਨਿਬੇੜਨਾ ਚਾਹੁੰਦੇ ਨੇ ਆਪਸ ਦੇ ਨਾਲ ਤਾਂ ਉਹ ਲੱਗੇ ਹੋਏ ਆ ਜੀ ਉਹਨੂੰ ਕਰਨ ਬਾਹਰ ਹੀ ਨਿਬੇੜ ਰਹੇ ਹਾਂ ਆਊਟ ਆਫ ਕੋਰਟ ਅਤੇ ਅੰਦਰ ਸਟੇਟਮੈਂਟਾਂ ਦੇ ਦਾਂਗੇ ਕਿ ਨਿਬੜ ਜਾਵੇ ਤੁਹਾਡੀ ਡਿਊਟੀ ਲੱਗੀ ਜੇ ਪੈਸੇ ਆਪਣੇ ਜੇ ਪੈਸੇ ਆਪਣੇ ਲੈਵਲ 'ਤੇ ਆਪਣੇ ਲੈਵਲ 'ਤੇ ਕਰ ਰਹੇ ਹਾਂ ਜਿਹੜੇ ਬੰਦੇ ਨੂੰ ਸਮਝਾ ਰਹੇ ਹੋ ਤੁਸੀਂ ਵੀ ਬਾਹਰ ਹੀ ਨਿਬੇੜ ਲਓ ਦੇਖੋ ਜੀ ਕੋਸ਼ਿਸ਼ ਕਰ ਰਹੇ ਹਾਂ ਅਗਰ ਕੋਈ ਸਮਝ ਗਿਆ ਤਾਂ ਠੀਕ ਹੈ ਜੀ ਨਹੀਂ ਤਾਂ ਫਿਰ ਕੋਰਟਾਂ ਦੇ ਵਿੱਚ ਤਾਂ ਧੱਕਾ ਹੀ ਹੈ ਜੀ ਹੋਰ ਕੁਛ ਨਹੀਂ ਹੈ ਲੋਕ ਅਦਾਲਤ ਮੈਂ ਲੋਕੋ ਕੋ ਸਮਝਾ ਕਰ ਹੀ ਫੈਸਲੇ ਕੀਏ ਜਾਤੇ ਹੈ ਕਿ ਆਪਕੋ ਇਸ ਨੁਕਸਾਨ ਹੋਗਾ ਜਾਂ ਫਾਇਦਾ ਹੋਗਾ ਦੋਨੋਂ ਪਾਰਟੀਓ ਕੀ ਰਜ਼ਾਮੰਦੀ ਸੇ ਯਹਾਂ ਪਰ ਬਾਹਰ ਹੀ ਉਨਕਾ ਸਮਝੌਤਾ ਕਰਾ ਦਿਆ ਜਾਤਾ ਹੈ ਤਾਂ ਕਿ ਲੋਕ ਅਦਾਲਤ ਮੈਂ ਜਾ ਕੇ ਵੋ ਕਹਿ ਸਕੇ ਕਿ ਹਮਾਰਾ ਸਮਝੌਤਾ ਹੋ ਚੁੱਕਾ ਹੈ ਕਿ ਦੇਖੇ ਜੋ ਛੋਟੇ ਛੋਟੇ ਕੇਸ ਹੋਤੇ ਹੈ ਕ੍ਰਿਮੀਨਲ ਕੇਸ ਵੀ ਯਹਾਂ ਪਰ ਆਤੇ ਹੈ ਪ੍ਰੋਪਰਟੀ ਕੇ ਕੇਸ ਹੈ ਲੋਨ ਕੇ ਕੇਸ ਹੈ ਘਰੇਲੂ ਪਰਿਵਾਰ ਕੇ ਕਲੇਸ਼ ਹੈ ਜਿਤਨੇ ਵੀ ਯਹਾਂ ਪਰ ਹੈ ਸਭੀ ਲੋਕ ਯਹਾਂ ਪਰ ਮਿਊਚੁਅਲ ਐਮੀਕੇਬਲੀ ਯਾਨੀ ਕਿ ਫੈਸਲਾ ਕਰ ਲੈਤੇ ਹੈ ਤੁਹਾਡਾ ਰਾਜੀਨਾਮਾ ਸਾਡਾ ਹੋਇਆ ਹੋਇਆ ਅੱਜ ਵੇਚ ਸਕਦੇ ਨੇ ਰਾਜੀਨਾਮੇ ਤੋਂ ਬਾਅਦ ਵੀ ਤੰਗ ਕਰ ਰਹੇ ਨੇ ਹਾਂਜੀ ਹਾਂਜੀ ਪੈਸੇ ਲੈਣ ਦੇ ਕੇਸ ਕਿਹੜਾ ਵਾ ਨਾ ਜੀ ਇਹ ਲੜੇ ਸੀ ਆਪੋ ਵਿੱਚ ਹੀ ਮੁੰਡੇ ਅੱਛਾ ਲੜਾਈ ਝਗੜਾ ਸੀਗਾ ਹਾਂਜੀ 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 ਉਹਦਾ ਫੈਸਲਾ ਪਿੰਡ ਹੋ ਗਿਆ ਸੀਗਾ ਅੱਛਾ ਹਾਂਜੀ ਉਸ ਤੋਂ ਬਾਅਦ ਫਿਰ ਕੇਸ ਲਾਤਾ ਹਾਂ ਫਿਰ ਸਾਦੇ ਲੈ ਸਾਨੂੰ ਇੱਥੇ ਅੱਜ ਕੀ ਜੱਜ ਸਾਹਿਬ ਨੇ ਬੁਲਾਇਆ ਜੀ ਫੈਸਲਾ ਕਰਨ ਲਈ ਹਾਂਜੀ ਹਾਂਜੀ ਸਾਡਾ ਇੱਕ 420 ਦਾ ਕੇਸ ਸੀਗਾ ਜੀ ਅੱਛਾ ਜੀ ਉਹ ਬੰਦੇ ਆਪਦੇ ਲੜਕੇ ਨੂੰ ਬਾਹਰ ਭੇਜਣ ਦੀ ਖਾਤਰ ਕਿਸੇ ਏਜੰਟ ਨੂੰ ਪੈਸੇ ਦਿੱਤੇ ਸੀ ਅੱਛਾ ਹਾਂਜੀ ਤੁਸੀਂ ਪੈਸੇ ਦਿੱਤੇ ਸੀਗੇ ਹਾਂ ਫਿਰ ਉਹ ਪੈਸੇ ਮੁੜਵਾ ਲਿਆ ਹੁਣ ਬਸ ਜਿਹੜੀ ਐਫ ਆਈ ਆਰ ਹੈ ਕੈਂਸਲ ਹੋਣੀ ਆ ਪੈਸੇ ਲੈ ਲਿਆ ਹੁਣ ਯਾਨੀ ਕਿ ਸਮਝੌਤਾ ਹੋ ਗਿਆ ਤੁਹਾਡਾ ਬਾਹਰ ਭੇਜਣ ਕੇ ਲਈ ਪੈਸੇ ਲਏ ਤੇ ਅੱਜ ਉਸਨੇ ਪੈਸੇ ਵਾਪਸ ਕਰ ਦਿਆ ਤੋ ਜੇ ਸਮਝੌਤੇ ਕੇ ਲਈ ਯਹਾਂ ਪੇ ਆਏ ਹੈ ਇਹ ਅਲੱਗ ਅਲੱਗ ਪੁਲਿਸ ਸਟੇਸ਼ਨ ਕੇ ਜੋ ਕੇਸਿਸ ਹੈ ਯਹਾਂ ਪਰ ਆਏ ਹੋਏ ਹੈ ਇਹ ਛੋਟੇ ਲੜਾਈ ਝਗੜੇ ਕੇ 420 ਕੇ ਜੋ ਛੋਟੇ ਕੇਸ ਹੋਤੇ ਹੈ ਉਨ੍ਹੀਂ ਕੇ ਸਭ ਝਗੜੇ ਹੈ ਜੀ ਆਪ ਵੀ ਸਾਥ ਹੈ ਤੁਹਾਡੇ ਕੋਲ ਹੀ ਸਾਰਾ ਰਿਕਾਰਡ ਕੇਸ ਦੇਖਣਾ ਹੈ ਕਿਹੜਾ ਕੇਸ ਹੈ ਤੁਹਾਡਾ ਪਤਾ ਨਹੀਂ ਕੋਈ ਪੁਰਾਣਾ ਲੜਾਈ ਝਗੜੇ ਦਾ ਹੋਣਾ ਮੈਨੂੰ ਵੀ ਨਹੀਂ ਪਤਾ ਹਾਂ ਹੁਣ ਬੁਲਾ ਲਿਆ ਇੱਥੇ ਹਾਂਜੀ ਬੁਲਾ ਲਿਆ ਜੀ
ਹੋਰ ਜੀ ਵਕੀਲ ਸਾਹਿਬ ਕੀ ਹਾਲ ਚਾਲ ਹੈ? ਕਿੰਨੇ ਕੁ ਕੇਸ ਲੱਗ ਜਾਂਦੇ ਇੱਥੇ ਨਹੀਂ ਰੂਟੀਨ ਦੇ ਵਿੱਚ? ਲੋਕ ਅਦਾਲਤ ਵਿੱਚ, ਲੋਕ ਅਦਾਲਤ ਵਿੱਚ ਸਰ ਕਾਫੀ ਕੇਸਿਸ ਆ। ਇਸ ਕੋਰਟ ਦੇ ਵਿੱਚ ਦਲਜੀਤ ਕੌਰ ਮੈਡਮ ਦੇ 250 ਕੇਸ ਲੱਗੇ ਆ, ਕਾਫੀ ਕੇਸਾਂ 'ਚ ਕੰਪਰੋਮਾਈਜ਼ ਸੋਲਵ ਕਰ ਲੈਂਦੇ ਲੋਕ ਮੰਨ ਜਾਂਦੇ ਆ। ਮੰਨ ਜਾਂਦੇ ਸਰ ਕਾਫੀ, ਜਿਹੜੇ ਕਿਉਂਕਿ ਲੋਕ ਅਦਾਲਤ 'ਚ ਕੇਸਿਸ ਹੀ ਜਿਹੜੇ ਕੰਪਰੋਮਾਈਜ਼ ਵਾਲੇ ਆ ਉਹੀ ਰੱਖੇ ਜਾਂਦੇ ਆ, ਇਸ ਲਈ ਕਾਫੀ ਕੇਸਾਂ ਦੇ ਵਿੱਚ ਕੰਪਰੋਮਾਈਜ਼ ਹੋਇਆ ਵੀ ਹੈ। ਦੋਨਾਂ ਪਾਰਟੀਆਂ ਨੂੰ ਪੁੱਛ ਕੇ ਰੱਖਦੇ ਹੋ ਤੁਸੀਂ? ਹਾਂਜੀ ਸਰ, ਦੋਨੋਂ ਪਾਰਟੀਆਂ ਜਦੋਂ ਐਗਰੀ ਹੁੰਦੀਆਂ ਫਿਰ ਹੀ ਰੱਖਿਆ ਜਾਂਦਾ ਕੇਸ, ਅਤੇ ਸਾਡਾ ਵੀ ਕੇਸ ਹੈ ਉਹਦੇ 'ਚ ਵੀ ਕੰਪਰੋਮਾਈਜ਼ ਦੇ ਕਾਫੀ ਚਾਂਸਿਸ ਹੈਗੇ ਆ। ਕੁਛ ਜੱਜ ਸਾਹਿਬ ਐਫਰਟ ਕਰਦੇ ਆ, ਕੁਛ ਅਸੀਂ ਐਫਰਟ ਕਰਦੇ ਹਾਂ, ਪਾਰਟੀਆਂ ਨੂੰ ਥੋੜ੍ਹਾ ਜਿਹਾ ਕਹਿ ਕੇ ਦੋਨੋਂ ਪਾਰਟੀਆਂ ਨੂੰ ਥੋੜ੍ਹਾ ਥੋੜ੍ਹਾ ਝੁਕਾ ਕੇ ਕਰਾ ਲਈਦਾ। ਮਾੜਾ ਮੁੰਡਾ ਗੁੰਮ ਹੋ ਗਿਆ ਹੈ, ਦੋ ਮੁੰਡਾ, ਹਾਂਜੀ 2 ਸਾਲ ਹੋ ਗਏ ਆ, ਮਾੜਾ ਮੁੰਡਾ ਗੁੰਮ ਹੋ ਗਿਆ, ਆਪਾਂ ਥਾਣੇ ਰਿਪੋਰਟ ਲਿਖਾਈ ਆ ਨਾ, ਉਹਦੇ ਕਰਕੇ ਆਪਾਂ ਆਏ ਹੋਏ ਆ। ਸਮਝੌਤੇ ਹੁੰਦੇ ਫਿਰ ਇੱਥੇ, ਹੁਣ ਤੁਸੀਂ ਕੀ ਕਹੋਗੇ ਆ ਗਿਆ ਜੀ, ਜੋ ਤੁਹਾਡਾ ਮੁੰਡਾ ਤਾਂ ਗੁੰਮਿਆ ਵੀ ਮਿਲਿਆ ਨਹੀਂ ਹੈਗਾ, ਇਸ ਕਰਕੇ ਇੱਥੇ ਤੁਸੀਂ ਆਏ ਹੋ? ਹਾਂਜੀ ਹਾਂਜੀ, ਇਹਦੇ ਕਰਕੇ ਆਪਾਂ ਆਏ ਹੋਏ ਆ, ਮਿਲਿਆ ਨਹੀਂ ਸੀ ਮੁੰਡਾ। ਪੁਲਿਸ ਦੇ ਉੱਤੇ ਕੰਪਲੇਂਟ ਕੀਤੀ ਹੋਈ? ਹਾਂਜੀ ਹਾਂਜੀ, ਥਾਣੇ ਇਹਨਾਂ ਨੇ ਪੁਲਿਸ ਪਰ ਕੰਪਲੇਂਟ ਕੀ ਹੈ ਕਿ ਮੇਰਾ ਲੜਕਾ ਖੋ ਗਿਆ, ਅਭੀ ਤੱਕ ਮਿਲਿਆ ਨਹੀਂ, ਬਤਾਏ ਜੀ ਪੁਲਿਸ ਵਾਲੇ। ਅਤੇ ਕੁਛ ਕੁ ਇੱਦਾਂ ਦੇ ਵੀ ਲਿਟੀਗੈਂਟਸ ਹੁੰਦੇ ਆ ਜਿਹੜੇ ਲਿੰਗਰ ਉਹ ਨਹੀਂ ਕਰਨਾ ਚਾਹੁੰਦੇ ਆ, ਸੋ ਮੇਰੇ ਹਿਸਾਬ ਨਾਲ ਕੁੱਲ ਮਿਲਾ ਕੇ ਜਿਹੜੀ ਲੋਕ ਅਦਾਲਤ ਆ ਇਹਦੇ ਨਾਲ ਗਰੀਬ ਲੋਕਾਂ ਨੂੰ ਫਾਇਦਾ ਵੀ ਹੋਊਗਾ ਔਰ ਜੋ ਉਹਨਾਂ ਨੂੰ ਇਨਸਾਫ ਆ ਜਲਦੀ ਵੀ ਮਿਲੂਗਾ। ਦੂਜੀ ਪਾਰਟੀ ਨਹੀਂ ਆਉਂਦੀ ਹੈਗੀ ਤੁਹਾਡੇ ਪਲਾਨ ਦੇ ਉੱਤੇ ਫਿਰ ਨੈਕਸਟ ਈਅਰ ਪਲਾਨ ਦੇ ਉੱਪਰ? ਸਮਝਾ ਰਹੇ ਹੋ ਤੁਸੀਂ ਵੀ ਬਾਹਰ ਇਨਵੇਡ ਲਓ? ਦੇਖੋ ਜੀ, ਕੋਸ਼ਿਸ਼ ਕਰ ਰਹੇ ਹਾਂ, ਅਗਰ ਕੋਈ ਸਮਝ ਗਿਆ ਤਾਂ ਠੀਕ ਹੈ ਜੀ, ਨਹੀਂ ਤਾਂ ਫਿਰ ਕੋਰਟਾਂ ਦੇ ਵਿੱਚ ਤਾਂ ਧੱਕੇ ਹੀ ਹੈ ਜੀ। ਜਿਹੜੇ ਫਾਈਨੈਂਸਰ ਹੈਗੇ ਆ ਜਾਂ ਫਾਈਨੈਂਸਰ ਦੇ ਨਾਲ ਨਾਲ ਕੋਈ ਕਮੇਟੀਆਂ ਪਾਉਂਦੇ ਆ, ਉਹ ਲੋਕ ਇਸ ਚੀਜ਼ ਨੂੰ ਦੁਰਉਪਯੋਗ 'ਚ ਲਿਆ ਕੇ ਪੈਸੇ ਇੱਕ ਤਰੀਕੇ ਨਾਲ ਹਠਿਆਉਂਦੇ ਹੈਗੇ ਆ।